ਹਾਲਾਂਕਿ ਬਹਿਸ ਦਾ ਵਿਸ਼ਾ ਆ ਕਿ ਕੀ ਕਿਸੇ ਇਹੋ ਜਿਹੇ ਬੰਦੇ ਨੂੰ ਵੀ ਇਹੋ ਜਿਹੇ ਇਨਾਮ ਮਿਲਣੇ ਚਾਹੀਦੇ ਹਨ। ਜੇਕਰ ਤੁਸੀਂ ਉਸ ਨੂੰ ਇਨਾਮ ਸਿਰਫ ਉਸ ਦੇ ਅਦਾਕਾਰੀ ਕਰਕੇ ਦਿੱਤਾ ਹੈ ਫਿਰ ਤਾਂ ਠੀਕ ਹੈ, ਪਰ ਕੀ ਤੁਸੀਂ ਉਸ ਨੂੰ ਇਨਾਮ ਇਸ ਕਰਕੇ ਦਿੱਤਾ ਹੈ ਕਿ ਤੁਹਾਡੀ ਪਾਰਟੀ ਦੀ ਲਾਈਨ ਦੇ ਉੱਤੇ ਚੱਲ ਕੇ ਉਹ ਬੋਲਦੀ ਹੈ। ਕੰਗਣਾ ਰਾਣਾਵਤ ਦੇ ਬਾਰੇ ਦੇ ਵਿੱਚ ਜੇਕਰ ਉਹ ਗੱਲ ਕਰੀਏ ਕਿ ਉਹਨੇ 2014 ਦੇ ਵਿੱਚ ਆਜ਼ਾਦੀ ਨੂੰ ਮਿਲੀ ਹੋਈ ਦੱਸਿਆ ਅਤੇ 1947 'ਚ ਜਿਹੜੀ ਮਿਲੀ ਸੀ ਆਜ਼ਾਦੀ ਉਹਨੂੰ ਭੀਖ ਦੱਸਿਆ, ਅਤੇ ਉਹਦੇ ਲਈ ਫਿਰ ਉਹ ਮਹਾਤਮਾ ਗਾਂਧੀ ਬਾਰੇ ਕੀ ਕਹਿਣਾ ਚਾਹੁੰਦੀ ਆ, ਭਗਤ ਸਿੰਘ ਬਾਰੇ ਕੀ ਕਹਿਣਾ ਚਾਹੁੰਦੀ ਆ, ਉਹ ਸਾਰੇ ਉਸ ਕਟਹਿਰੇ 'ਚ ਖੜੇ ਹੁੰਦੇ ਨੇ। ਬੀਜੇਪੀ ਫਾਰਮ ਵਾਲੀ ਜਿਹੜੀ ਸਰਕਾਰ ਆ ਇਹ ਇੱਕ ਖਾਸ ਤਰੀਕੇ ਦੇ ਏਜੰਡੇ ਦੇ ਉੱਤੇ ਕੰਮ ਕਰਦੀ ਆ। ਇਹਦੇ ਲਈ ਇਕੱਲੀ ਕੰਗਣਾ ਰਾਣਾਵਤ ਨਹੀਂ ਹੈਗੀ, ਉੱਥੇ ਬਹੁਤ ਸਾਰੇ ਸਾਧੂ ਭੇਸ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਨੇ, ਬਹੁਤ ਸਾਰੀਆਂ ਨੰਗੇ ਪੈਰੀਂ ਤੁਰਨ ਵਾਲੀਆਂ ਸਾਧਵੀਆਂ ਐਸੀਆਂ ਜੇ ਬੈਠੀਆਂ ਨੇ ਜਦੋਂ ਅਦਾਲਤ ਜਾਣਾ ਹੁੰਦਾ ਤੇ ਆਪਣੇ ਆਪ ਨੂੰ ਫਿਜ਼ੀਕਲੀ ਅਨਫਿਟ ਦੱਸਦੀਆਂ ਨੇ, ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਰਾਜਸੀ ਤੇ ਉੱਥੇ ਡਾਂਸ ਕਰਦੀਆਂ ਵੀ ਨਜ਼ਰ ਆਉਂਦੀਆਂ ਨੇ। ਬੀਬੀ ਜਿਹੜੀ ਆ ਉਹ ਬੋਸ ਬਾਰੇ ਤੇ ਮਹਾਤਮਾ ਗਾਂਧੀ ਬਾਰੇ ਜੋ ਕੁਛ ਬੋਲਦੀ ਆ ਉਹਦੇ ਤੋਂ ਵੀ ਸਮਝ ਲੱਗਦੀ ਆ ਕਿ ਉਹਦੀ ਜਿਹੜੀ ਲਿਆਕਤ ਆ ਉਹ ਕਿਤੇ ਨਹੀਂ ਹੈਗੀ। ਉਹਨੂੰ ਸਿਰਫ ਔਰ ਸਿਰਫ ਇੱਕ ਮੂੰਹ ਦੇ ਤਰੀਕੇ ਨਾਲ ਵਰਤਿਆ ਜਾ ਰਿਹਾ ਵੀ ਤੂੰ ਇੱਕ ਲਾਈਨ ਪਰਟੀਕੁਲਰ ਦੇ ਉੱਤੇ ਬੋਲਦੀ ਜਾ। ਬੰਦਾ ਖੁਸ਼ ਹੈ, ਪਰ ਕੁਛ ਕੁ ਇਹੋ ਜਿਹੇ ਬੰਦੇ ਨੇ ਜਿਹੜੇ ਖੁਸ਼ ਨਹੀਂ, ਜਿਨ੍ਹਾਂ ਵਿੱਚੋਂ ਇੱਕ ਪਹਿਲਾ ਨਾਮ ਸਾਡੀ ਪਦਮ ਸ਼੍ਰੀ ਕੰਗਣਾ ਰਣੌਤ ਦਾ ਵੀ ਆਉਂਦਾ। ਕੀ ਕਹਿਣਾ ਚਾਹੋਗੇ? ਦੇਖੋ ਜੀ, ਤੁਸੀਂ ਨਾਮ ਲੈ ਦਿੱਤਾ ਪਦਮ ਸ਼੍ਰੀ ਕੰਗਣਾ ਰਣੌਤ ਦਾ, ਤੇ ਅਸੀਂ ਕਈ ਵਾਰ ਇਹੋ ਜਿਹੇ ਇਨਾਮਾਂ ਦੀ ਵੀ ਗੱਲ ਕੀਤੀ ਆ ਜਦੋਂ ਅਸੀਂ ਅਖਬਾਰਾਂ ਦੇ ਵਿੱਚ ਇਹ ਗੱਲ ਕਹਿੰਦੇ ਹਾਂ ਕਿ ਇਸ ਬੰਦੇ ਨੂੰ ਮਿਲਣ ਤੋਂ ਬਾਅਦ ਉਹ ਇਨਾਮ ਵੀ ਖੁਸ਼ ਹੋ ਗਿਆ। ਅਸੀਂ ਇੱਦਾਂ ਵੀ ਕਹਿੰਦੇ ਹਾਂ ਕਿ ਇਸ ਇਨਾਮ ਦੀ ਵੀ ਵੈਲਿਊ ਵੱਧ ਗਈ, ਕਿਉਂਕਿ ਉਹ ਇੱਕ ਐਸੇ ਬੰਦੇ ਨੂੰ ਮਿਲਿਆ ਜਿਹੜਾ ਕਿ ਜੰਗਲਾਂ ਦੀ ਰਾਖੀ ਦਾ ਕੰਮ ਕਰ ਰਿਹਾ ਸੀ, ਜਿਹੜਾ ਕਿ ਆਦੀਵਾਸੀਆਂ ਲਈ ਕੰਮ ਕਰ ਰਿਹਾ ਸੀ, ਜਿਹੜਾ ਕਿ ਕੁਝ ਭੁੱਖੇ ਲੋਕਾਂ ਨੂੰ ਬਹੁਤ ਲੰਬੇ ਸਮੇਂ ਤੋਂ ਰੋਟੀ ਖਵਾ ਰਿਹਾ ਸੀ, ਡਿਜ਼ਰਵ ਕਰ ਰਿਹਾ ਸੀ ਹਾਈਲੀ ਡਿਜ਼ਰਵ ਕਰ ਰਿਹਾ ਸੀ, ਤੇ ਅਸੀਂ ਇੱਦਾਂ ਕਹਿੰਦੇ ਹਾਂ ਕਿ ਉਸ ਇਨਾਮ ਦੀ ਟੌਰ ਵੱਧ ਗਈ ਉਸ ਆਮ ਜਿਹੇ ਗਲੇ ਦੇ ਵਿੱਚ ਲਟਕ ਕੇ। ਜਿਹੜੀ ਤੁਸੀਂ ਹੁਣ ਗੱਲ ਕੀਤੀ ਕਿ ਕੰਗਣਾ ਰਾਣਾਵਤ ਦੀ ਗੱਲ ਕੀਤੀ, ਉਹ ਇੱਕ ਘੱਟ ਉਮਰ ਦੀ ਅਭਿਨੇਤਰੀ ਆ, 87 ਦਾ ਉਹਦਾ ਜਨਮ ਆ, 34-35 ਸਾਲ ਦੀ ਉਹਦੀ ਉਮਰ ਆ। ਪ੍ਰਾਪਤੀਆਂ ਉਹਦੇ ਪੱਲੇ ਇਹ ਨੇ ਕਿ ਉਹ ਇੱਕ ਚੰਗੀ ਅਦਾਕਾਰਾ ਹੈ, ਉਹ ਐਕਟਿੰਗ ਕਰਨਾ ਜਾਣਦੀ ਹੈ, ਉਹ ਇਹ ਉਹਦਾ ਕਿੱਤਾ ਹੈ, ਉਹਦੇ ਲਈ ਉਹਨੂੰ ਪੈਸੇ ਮਿਲਦੇ ਹਨ। ਪਹਿਲਾਂ ਤਾਂ ਇਹ ਗੱਲ ਆ ਕਿ ਉਹ ਇੱਕ ਕਿੱਤੇ ਦੀ ਮਾਹਰ ਹੈ, ਤੇ ਇਹ ਹਾਲਾਂਕਿ ਬਹਿਸ ਦਾ ਵਿਸ਼ਾ ਆ ਕਿ ਕੀ ਕਿਸੇ ਇਹੋ ਜਿਹੇ ਬੰਦੇ ਨੂੰ ਵੀ ਇਹੋ ਜਿਹੇ ਇਨਾਮ ਮਿਲਣੇ ਚਾਹੀਦੇ ਹਨ, ਵੱਖਰੀ ਗੱਲ ਹੋ ਜਾਵੇਗੀ, ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਵੇਗੀ ਜੀ। ਪਰ ਜੇਕਰ ਤੁਸੀਂ ਉਸ ਨੂੰ ਇਨਾਮ ਸਿਰਫ ਉਸ ਦੇ ਅਦਾਕਾਰੀ ਕਰਕੇ ਦਿੱਤਾ ਹੈ ਫਿਰ ਤਾਂ ਠੀਕ ਹੈ, ਪਰ ਕੀ ਤੁਸੀਂ ਉਸ ਨੂੰ ਇਨਾਮ ਇਸ ਕਰਕੇ ਦਿੱਤਾ ਹੈ ਕਿ ਤੁਹਾਡੀ ਪਾਰਟੀ ਦੀ ਲਾਈਨ ਦੇ ਉੱਤੇ ਚੱਲ ਕੇ ਉਹ ਬੋਲਦੀ ਹੈ ਜੀ? ਇਹ ਇੱਕ ਵਾਰ ਨਹੀਂ ਮਸ਼ਹੂਰ ਹੋਈ, ਇਹਨਾਂ ਨੇ ਮਸ਼ਹੂਰ ਹੋਣ ਦਾ ਕੋਈ ਮੌਕਾ ਨਹੀਂ ਛੱਡਿਆ ਜੀ। ਵੱਖੋ ਵੱਖਰੇ ਐਕਟਰਸ ਦੇ ਨਾਲ ਪੁੱਠਾ ਸਿੱਧਾ ਬੋਲਣ ਤੋਂ ਬਾਅਦ ਵੀ ਇਹ ਮਸ਼ਹੂਰ ਰਹੇ ਨੇ, ਇਹਨਾਂ ਦੇ ਘਰ ਦੇ ਨਕਸ਼ੇ ਨੂੰ ਲੈ ਕੇ, ਘਰ ਦੇ ਤੋੜ ਫੋੜ ਨੂੰ ਲੈ ਕੇ ਵੀ ਇਹ ਮਸ਼ਹੂਰ ਰਹੇ ਨੇ। ਇਹਨਾਂ ਨੇ ਬੀਤੇ ਦਿਨੀ ਇੱਕ ਟਵੀਟ ਕੀਤਾ ਸੀ ਜਾਂ ਇੱਕ ਚੈਨਲ ਦੇ ਉੱਤੇ ਗੱਲ ਕੀਤੀ ਸੀ ਕਿ ਭਾਰਤ ਨੂੰ ਆਜ਼ਾਦੀ 2014 'ਚ ਮਿਲੀ ਆ, 1947 'ਚ ਨਹੀਂ ਸੀ ਮਿਲੀ। ਇਸ ਤੋਂ ਬਾਅਦ ਜੇਕਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹੀ ਗੱਲ ਕਿਸੇ ਹੋਰ ਇਨਸਾਨ ਨੇ ਕਹੀ ਹੁੰਦੀ, ਕਿਸੇ ਹੋਰ ਫੇਮਸ ਪਰਸਨੈਲਿਟੀ ਨੇ ਕਹੀ ਹੁੰਦੀ, ਤੇ ਉਹਦੇ ਤੇ ਜ਼ਾਹਿਰਾ ਤੌਰ ਦੇ ਉੱਤੇ ਜਿਹੜਾ ਪਰਚਾ ਆ ਉਹ ਦਰਜ ਹੋ ਜਾਣਾ ਸੀ, ਬਿਲਕੁਲ UAPA ਉਹਦੇ ਤੇ ਲੱਗ ਜਾਣਾ ਸੀ। ਜਿਹਾ ਕਿ ਬੀਤੇ ਜਿਹੇ ਇੱਕ ਕਮੈਂਟੇਟਰ ਨੇ ਕੁਝ ਕਿਹਾ ਕਿ ਅਸੀਂ ਉਦਾਂ ਤਾਂ ਵੈਜੀਟੇਰੀਅਨ ਆ, ਪਰ ਜਿਹੜੇ ਵੈਜੀਟੇਰੀਅਨ ਉਗਾਉਂਦੇ ਨੇ ਉਹਨਾਂ ਨਾਲ ਅਸੀਂ ਜ਼ੁਲਮ ਕਰ ਰਹੇ ਹਾਂ, ਤੇ ਉਹਦੇ ਤੇ ਵੀ ਪਰਚਾ ਦਰਜ ਹੋ ਗਿਆ। ਮਣੀਪੁਰ ਦੇ ਵਿੱਚ ਇੱਕ ਫ੍ਰੀਲਾਂਸਰ ਪੱਤਰਕਾਰ ਨੇ ਸਿਰਫ ਇੰਨੀ ਗੱਲ ਕਹੀ ਕਿ ਮਣੀਪੁਰ ਜਲ ਰਿਹਾ ਹੈ, ਕਿਉਂਕਿ ਉੱਥੇ ਦੰਗੇ ਦੀਆਂ ਘਟਨਾਵਾਂ ਹੋ ਰਹੀਆਂ ਸੀ, ਤੇ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ। ਬਹੁਤ ਸਾਰੇ ਹੋਰ ਘਟਨਾਵਾਂ ਨੇ, ਤੁਸੀਂ ਬੀਤੇ 7-8 ਸਾਲ ਦੀਆਂ ਫੋਲ ਕੇ ਦੇਖ ਲਓ, ਗੌਰੀ ਲੰਕੇਸ਼ ਨੂੰ ਮਾਰ ਦੇਣਾ, ਤੇ ਮਹਾਰਾਸ਼ਟਰ ਦੀ ਇੱਕ ਘਟਨਾ ਸੀ ਜਿੱਥੇ ਲੋਕ ਇਕੱਠੇ ਹੁੰਦੇ ਸੀ ਭੀਮ ਰਾਓ ਅੰਬੇਦਕਰ ਦੇ ਦਿਨ ਦੇ ਉੱਤੇ ਜੈਂਤੀ ਮਨਾਉਂਦੇ ਸੀ, ਤੇ ਉੱਥੇ ਬਹੁਤ ਸਾਰੇ ਪਰਚੇ ਦਰਜ ਕਰ ਦਿੱਤੇ ਗਏ, ਬਹੁਤ ਸਾਰੇ ਲੋਕ ਜੇਲ੍ਹਾਂ ਦੇ ਵਿੱਚ 80-80 ਸਾਲ ਦੇ ਬਜ਼ੁਰਗ ਵੀ ਮਾਰ ਦਿੱਤੇ ਗਏ, ਜੇਲ੍ਹਾਂ ਦੇ ਵਿੱਚ ਮਰ ਗਏ। ਬੀਤੇ ਦਿਨੀ ਸਲਮਾਨ ਖੁਰਸ਼ੀਦ ਜਿਨ੍ਹਾਂ ਨੇ ਇੱਕ ਅਯੋਧਿਆ ਦੇ ਉੱਪਰ ਛੋਟਾ ਜਿਹਾ ਟਵੀਟ ਕੀਤਾ, ਹਾਲਾਂਕਿ ਉਹਨਾਂ ਨੇ ਆਪਣੇ ਆਪ ਨੂੰ ਕਲੈਰੀਫਾਈ ਕਰਨ ਦੇ ਲਈ, ਬਲਕਿ ਉਹਨਾਂ ਨੇ ਜਸਟ ਲੋਕਾਂ ਨੂੰ ਇੱਕ ਸਮਝਾਉਣ ਦੇ ਲਈ ਗੱਲ ਕੀਤੀ, ਤੇ ਉਸ ਤੋਂ ਬਾਅਦ ਉਹਨਾਂ ਨੂੰ
ਉਹਨਾਂ ਤੇ FIR ਦਰਜ ਕਰ ਦਿੱਤੀ ਗਈ। ਦੇਖੋ ਸਲਮਾਨ ਖੁਰਸ਼ੀਦ ਨੂੰ ਅਸੀਂ ਇਸ ਕੈਟਾਗਰੀ ਵਿੱਚ ਨਹੀਂ ਰੱਖੀਏ ਕਿਉਂਕਿ ਉਹਨਾਂ ਨੇ ਜਿਹੜੀ ਆਪਣੀ ਕਿਤਾਬ ਦੇ ਵਿੱਚ ਚੈਪਟਰ ਇੱਕ ਲਿਖਿਆ ਉਹਦੇ 'ਚ ਉਹਨਾਂ ਨੇ ਸਾਰੇ ਹਿੰਦੂਆਂ ਨੂੰ ISI ਵਰਗੇ ਦੱਸਿਆ। ਉਹਨਾਂ ਨੇ ਹਿੰਦੂ ਧਰਮ ਦੀ ਗੱਲ ਕਰਕੇ ਕਿਹਾ ਕਿ ਜਿਹੜੇ ਭਾਰਤ ਦੇ ਜਿਹੜੇ ਇਸ ਵੇਲੇ ਦੇ ਹਿੰਦੂ ਨੇ ਉਹ ISI ਵਾਂਗ ਬਿਹੇਵ ਕਰ ਰਹੇ ਨੇ। ਸੋ ਉਹ ਇੱਕ ਵੱਖਰਾ ਵਿਸ਼ਾ ਹੈ। ਉਹ ਗੱਲ ਤੁਹਾਡੀ ਠੀਕ ਹੈ ਕਿ ਉਹਨੇ ਆਪਣੀ ਭਾਵਨਾ ਵਿਅਕਤ ਕੀਤੀ ਹੈ, ਜੇ ਭਾਰਤ ਦੇ ਹਿੰਦੂ ਮੁਸਲਮਾਨਾਂ ਨੂੰ ਬੁਰਾ ਕਹਿ ਸਕਦੇ ਨੇ ਤੇ ਕੋਈ ਲੇਖਕ ਹਿੰਦੂਆਂ ਨੂੰ ਵੀ ਕੁਝ ਕਹਿ ਸਕਦਾ ਹੈ। ਪਰ ਕੰਗਣਾ ਰਾਣਾਵਤ ਦੇ ਬਾਰੇ ਦੇ ਵਿੱਚ ਜੇਕਰ ਉਹ ਗੱਲ ਕਰੀਏ ਕਿ ਉਹਨੇ 2014 ਦੇ ਵਿੱਚ ਆਜ਼ਾਦੀ ਨੂੰ ਮਿਲੀ ਹੋਈ ਦੱਸਿਆ ਤੇ 1947 'ਚ ਜਿਹੜੀ ਮਿਲੀ ਸੀ ਆਜ਼ਾਦੀ ਉਹਨੂੰ ਭੀਖ ਦੱਸਿਆ ਤੇ ਉਹਦੇ ਲਈ ਫਿਰ ਉਹ ਮਹਾਤਮਾ ਗਾਂਧੀ ਬਾਰੇ ਕੀ ਕਹਿਣਾ ਚਾਹੁੰਦੀ ਆ, ਭਗਤ ਸਿੰਘ ਬਾਰੇ ਕੀ ਕਹਿਣਾ ਚਾਹੁੰਦੀ ਆ ਤੇ ਬੀਜੇਪੀ ਦੀ ਵੱਡੀ ਲੀਡਰਸ਼ਿਪ ਜਿਹੜੀ ਅਟਲ ਬਿਹਾਰੀ ਵਾਜਪੇਈ ਬਾਰੇ ਉਹ ਕੀ ਕਹਿਣਾ ਚਾਹੁੰਦੀ ਆ, ਲਾਲ ਕ੍ਰਿਸ਼ਨ ਅਡਵਾਨੀ ਬਾਰੇ ਉਹ ਕੀ ਕਹਿਣਾ ਚਾਹੁੰਦੀ ਆ, ਸ਼ਾਮਾ ਪ੍ਰਸਾਦ ਮੁਖਰਜੀ ਬਾਰੇ ਕੀ ਕਹਿਣਾ ਚਾਹੁੰਦੀ ਆ, ਗੁਰੂ ਗੋਲਵਲਕਰ ਬਾਰੇ ਕੀ ਕਹਿਣਾ ਚਾਹੁੰਦੀ ਆ, ਉਹ ਸਾਰੇ ਉਸ ਕਟਹਿਰੇ 'ਚ ਖੜੇ ਹੁੰਦੇ ਨੇ। ਪਰ ਹੈਰਾਨੀ ਦੀ ਗੱਲ ਆ ਕਿ ਉਸ ਨੂੰ ਨਵਾਂ ਨਵਾਂ ਪਦਮ ਸ਼੍ਰੀ ਮਿਲਿਆ ਤੇ ਉਹਨੇ ਇੰਨੀ ਵੱਡੀ ਗੱਲ ਕਹੀ ਪਰ ਉਹਦਾ ਕਿਸੇ ਨੇ ਵੀ, ਕਿਸੇ ਵੀ ਬੀਜੇਪੀ ਦੇ ਲੀਡਰ ਨੇ ਉਹਦਾ ਮੂੰਹ ਮੋੜਨ ਦੀ ਗੱਲ ਜਿਹੜੀ ਆ ਉਹ ਨਹੀਂ ਕੀਤੀ। ਇਸੇ ਕਰਕੇ ਅਸੀਂ ਬਾਰ ਬਾਰ ਕਹਿੰਦੇ ਹਾਂ ਕਿ ਬੀਜੇਪੀ ਫਾਰਮ ਵਾਲੀ ਜਿਹੜੀ ਸਰਕਾਰ ਆ ਇਹ ਇੱਕ ਖਾਸ ਤਰੀਕੇ ਦੇ ਏਜੰਡੇ ਦੇ ਉੱਤੇ ਕੰਮ ਕਰਦੀ ਆ। ਇਹਦੇ ਲਈ ਕੱਲੀ ਕੰਗਣਾ ਰਾਣਾਵਤ ਨਹੀਂ ਹੈਗੀ, ਉੱਥੇ ਬਹੁਤ ਸਾਰੇ ਸਾਧੂ ਭੇਸ਼ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਨੇ, ਬਹੁਤ ਸਾਰੀਆਂ ਨੰਗੇ ਪੈਰੀਂ ਤੁਰਨ ਵਾਲੀਆਂ ਸਾਧਵੀਆਂ ਐਸੀਆਂ ਜੇ ਬੈਠੀਆਂ ਨੇ ਜਿਹੜੀਆਂ ਜਦੋਂ ਅਦਾਲਤ ਜਾਣਾ ਹੁੰਦਾ ਤੇ ਆਪਣੇ ਆਪ ਨੂੰ ਫਿਜ਼ੀਕਲੀ ਅਨਫਿਟ ਦੱਸਦੀਆਂ ਨੇ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਰਾਜਸੀ ਤੇ ਉੱਥੇ ਡਾਂਸ ਕਰਦੀਆਂ ਵੀ ਨਜ਼ਰ ਆਉਂਦੀਆਂ ਨੇ। ਉਹ ਸਾਰਿਆਂ ਦੇ ਜਿਹੜੇ ਮੂੰਹ ਨੇ ਉਹ ਇੱਕ ਖਾਸ ਤਰ੍ਹਾਂ ਦੀ ਬਿਮਾਰੀ ਤੋਂ ਗ੍ਰਸਤ ਨੇ ਤੇ ਜਦੋਂ ਵੀ ਉਹ ਬੋਲਦੇ ਨੇ ਉਹ ਪਾਰਟੀ ਲਾਈਨ ਤੇ ਹੀ ਬੋਲਦੇ ਨੇ। ਇੱਥੇ ਹੀ ਕੰਗਣਾ ਰਾਣਾਵਤ ਨੇ ਬੱਸ ਨਹੀਂ ਕੀਤੀ, ਰਾਣਾਵਤ ਜਾਂ ਰਣੌਤ ਕੀ ਉਹਦਾ ਨਾਮ ਹੈ, ਉਹ ਹਿਮਾਚਲ ਪ੍ਰਦੇਸ਼ ਤੋਂ ਨੇ, ਉਹਨਾਂ ਦੀ ਜਿਹੜੀ ਕਾਸਟ ਆ ਉਹ ਬੋਲਣ ਦੇ ਵਿੱਚ ਲਿਖਣ ਦੇ ਵਿੱਚ ਪੰਜਾਬੀ ਹਿੰਦੀ ਦੇ ਵਿੱਚ ਵੱਖਰੇ ਵੱਖਰੇ ਸ਼ਬਦ ਲਈ ਵਰਤੇ ਜਾਂਦੇ ਨੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਤੇ ਸੁਭਾਸ਼ ਚੰਦਰ ਬੋਸ ਤੁਸੀਂ ਇਹਨਾਂ ਦੋਨਾਂ ਦੇ ਪੈਰੋਕਾਰ ਨਹੀਂ ਹੋ ਸਕਦੇ। ਪਤਾ ਨਹੀਂ ਬੀਬੀ ਨੇ ਕਿਹੜੀ ਕਿਤਾਬ ਪੜ੍ਹੀ ਆ ਤੇ ਪਤਾ ਨਹੀਂ ਬੀਬੀ ਨੂੰ ਕਿਸ ਹਿਸਟਰੀ ਵਾਲੇ ਨੇ ਪੜ੍ਹਾਇਆ, ਕਿਸੇ ਨੇ ਪੜ੍ਹਾਇਆ ਵੀ ਆ ਜਾਂ ਉਹਨੇ ਸਾਰੀ ਜਿਹੜੀ ਜਾਣਕਾਰੀ ਆ ਉਹ ਬੀਜੇਪੀ ਦੀ IT ਟੀਮ ਤੋਂ ਹੀ ਲੈ ਲਈ ਆ। ਇਹ ਕੈਸੀ ਮਾਨਸਿਕਤਾ ਆ। ਇੱਥੇ ਉਸ ਬੀਬੀ ਦਾ ਕਸੂਰ ਘੱਟ ਆ, ਇਹਨਾਂ ਦੀ IT ਟੀਮ ਦਾ ਕਸੂਰ ਜ਼ਿਆਦਾ ਆ। ਇਹ ਪਿਛਲੇ 7-8 ਸਾਲ ਤੋਂ ਨਹਿਰੂ ਨੂੰ ਤੇ ਪਟੇਲ ਨੂੰ ਵੱਖ ਵੱਖ ਦੱਸ ਰਹੇ ਨੇ, ਜਦਕਿ ਜੇ ਇਹਨਾਂ ਨੇ ਨਹਿਰੂ ਤੇ ਪਟੇਲ ਦੀਆਂ ਆਪਸ ਦੇ ਵਿੱਚ ਚਿੱਠੀਆਂ ਪੜ੍ਹੀਆਂ ਹੋਣ ਜਾਂ ਨਹਿਰੂ ਦੀ ਪਟੇਲ ਬਾਰੇ ਗੱਲਬਾਤ ਮਹਾਤਮਾ ਗਾਂਧੀ ਨਾਲ ਕੀ ਹੁੰਦੀ ਆ ਤੇ ਪਟੇਲ ਨਹਿਰੂ ਬਾਰੇ ਗਾਂਧੀ ਨੂੰ ਕੀ ਕਹਿੰਦੇ ਨੇ, ਜੇ ਇਹਨਾਂ ਨੇ ਉਹ ਸੁਣੀਆਂ ਹੋਣ ਤੇ ਫਿਰ ਇਹਨਾਂ ਨੂੰ ਪਤਾ ਲੱਗੇ ਕਿ ਉਹ ਲੋਕ ਇੱਕ ਦੂਸਰੇ ਨਾਲ ਵਿਚਾਰਕ ਮਤਭੇਦ ਦੇ ਹੁੰਦੇ ਵੀ ਕਿੰਨੀ ਗੂੜਤਾ ਨਾਲ ਜੁੜੇ ਹੋਏ ਸੀ, ਫਿਰ ਇਹਨਾਂ ਨੂੰ ਪਤਾ ਲੱਗੇ। ਪਰ ਫਿਰ ਉਸ ਤੋਂ ਬਾਅਦ ਉਹ ਬੀਬੀ ਜਿਹੜੀ ਆ ਉਹ ਬੋਸ ਬਾਰੇ ਤੇ ਮਹਾਤਮਾ ਗਾਂਧੀ ਬਾਰੇ ਜੋ ਕੁਛ ਬੋਲਦੀ ਆ ਉਹਦੇ ਤੋਂ ਵੀ ਸਮਝ ਲੱਗਦੀ ਆ ਕਿ ਉਹਦੀ ਜਿਹੜੀ ਲਿਆਕਤ ਆ ਉਹ ਕਿਤੇ ਨਹੀਂ ਹੈਗੀ। ਉਹਨੂੰ ਸਿਰਫ ਔਰ ਸਿਰਫ ਇੱਕ ਮੂੰਹ ਦੇ ਤਰੀਕੇ ਨਾਲ ਵਰਤਿਆ ਜਾ ਰਿਹਾ ਵੀ ਤੂੰ ਇੱਕ ਲਾਈਨ ਪਰਟੀਕੂਲਰ ਦੇ ਉੱਤੇ ਬੋਲਦੀ ਜਾ ਤੇ ਬੀਜੇਪੀ ਦੇ ਵਿੱਚ ਤੇ ਨਥੂਰਾਮ ਗੋਡਸੇ ਨੂੰ ਲੈ ਕੇ ਤੇ ਮਹਾਤਮਾ ਗਾਂਧੀ ਨੂੰ ਲੈ ਕੇ ਵੱਖਰੀਆਂ ਵੱਖਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ। ਬਿਲਕੁਲ ਬਿਲਕੁਲ ਉਸੇ ਤਰੀਕੇ ਜਿਸ ਤਰੀਕੇ ਪੰਜਾਬ ਦਾ ਅਕਾਲੀ ਦਲ ਪੰਜਾਬ ਦੇ ਅੱਤਵਾਦ ਦੇ ਸਮੇਂ ਦੇ ਵਿੱਚ ਦੋਨੋਂ ਧਿਰਾਂ ਦੇ ਨਾਲ ਪੈਰ ਰੱਖ ਕੇ ਚੱਲਦਾ ਰਿਹਾ। ਇਹ ਦੂਜੇ ਪਾਰਟੀਆਂ ਜਿਹੜੀ ਦੂਜੇ ਧਿਰ ਸੀ ਜਿਹੜੀ ਸਰਕਾਰ ਦੇ ਖਿਲਾਫ ਧਿਰ ਚੱਲਦੀ ਸੀ ਉਹਨਾਂ ਨੂੰ ਵੀ ਸ਼ਹੀਦ ਕਹਿੰਦਾ ਸੀ ਤੇ ਪੁਲਿਸ ਦੇ ਸਮਾਗਮਾਂ ਦੇ ਵਿੱਚ ਵੀ ਜਾਂਦੇ ਸੀ। ਜਦੋਂ ਤੁਸੀਂ ਇਹੋ ਜਿਹੀਆਂ ਘਟਨਾਵਾਂ ਕਰਦੇ ਆ ਫਿਰ ਹੀ ਤੁਸੀਂ ਲੋਕਾਂ ਤੋਂ ਦੂਰ ਹੁੰਦੇ ਆ ਤੇ ਫਿਰ ਹੀ ਤੁਹਾਨੂੰ ਬਾਅਦ ਵਿੱਚ ਵੋਟਾਂ ਲਈ ਤਰਸਣਾ ਪੈਂਦਾ। ਹੁਣ ਬੀਬੀ ਨੇ ਅੱਜ 19 ਨਵੰਬਰ ਇੰਦਰਾ ਗਾਂਧੀ ਦੇ ਜਨਮ ਦਿਨ ਦੇ ਉੱਤੇ ਵੀ ਵਧਾਈ ਦਿੱਤੀ ਆ, ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ ਤੁਸੀਂ ਬਹੁਤ ਸਟਰੋਂਗ ਲੀਡਰ ਸੀ ਤੇ ਤੁਸੀਂ ਵਿਰੋਧ ਦਾ ਮੁਕਾਬਲਾ ਲਾਠੀ ਨਾਲ ਕਰਦੇ ਸੀ ਤੇ ਉਹਨਾਂ ਨੇ ਸੈਡ ਤੇ ਸ਼ੇਮਫੁਲ ਵੀ ਮਹਿਸੂਸ ਕੀਤਾ ਕਿ ਪ੍ਰਧਾਨ ਮੰਤਰੀ ਨੇ ਉਹ ਜਿਹੜੇ ਕਾਨੂੰਨ ਨੇ ਉਹ ਵਾਪਸ ਕਿਉਂ ਲੈ ਲਏ ਤੇ ਉਹਨਾਂ ਨੇ ਨਾਲ ਦੀ ਨਾਲ ਡਿਕਟੇਟਰਸ਼ਿਪ ਦੀ ਮੰਗ ਕੀਤੀ ਆ ਵੀ ਇੱਥੇ ਡਿਕਟੇਟਰਸ਼ਿਪ ਹੋਣੀ ਚਾਹੀਦੀ ਆ। ਮੈਂ ਇਹ ਗੱਲ ਉਹਨਾਂ ਨੂੰ ਪੁੱਛਣੀ ਵੀ ਚਾਹੁੰਦਾ ਤੇ ਉਹਨਾਂ ਨੂੰ ਦੱਸਣਾ ਵੀ ਚਾਹੁੰਦਾ ਕਿ ਬੀਬੀ ਜੀ ਤੁਸੀਂ ਹਾਲੇ ਲੋਕਤੰਤਰ ਦਾ ਆਨੰਦ ਮਾਣਿਆ, ਜਿਹੋ ਜਿਹੀ ਤੁਹਾਡੀ ਜੀਭ ਚੱਲਦੀ ਆ, ਜੇਕਰ ਤੁਸੀਂ ਡਿਕਟੇਟਰਸ਼ਿਪ ਵਾਲੇ ਕਿਸੇ ਮੁਲਕ 'ਚ ਹੁੰਦੇ ਤੇ ਹੁਣ ਤੱਕ ਤੁਸੀਂ ਕਦ ਦੇ ਤੁਹਾਡੇ ਭੋਗ ਪੈ ਚੁੱਕੇ ਹੋਣੇ ਸੀ ਤੇ ਕਦ ਦੇ ਤੁਸੀਂ ਟੰਗੇ ਜਾ ਚੁੱਕਾ ਹੋਣਾ ਸੀ, ਹੋਰ ਕੁਛ ਹੁੰਦਾ ਨਾ ਹੁੰਦਾ ਤੁਹਾਡੀ ਜੀਭ ਤਾਂ ਕਦੋਂ ਦੀ ਵੱਢ ਕੇ ਸੁੱਟ ਦਿੱਤੀ ਹੋਣੀ ਸੀ। ਦੇਖੋ ਲੋਕਤੰਤਰ ਦੀ ਜੋ ਖਾਸੀਅਤ ਆ ਇਹ ਉਹਨਾਂ ਲੋਕਾਂ ਦੇ ਕੋਲੋਂ ਤੁਸੀਂ ਪੁੱਛ ਸਕਦੇ ਆ ਜਿਹੜੇ ਕਦੇ ਕੁਝ ਅਜਿਹੇ ਮੁਲਕਾਂ ਦੇ ਵਿੱਚ ਰਹੇ ਹੋਣ ਜਿੱਥੇ ਰਾਜਾਸ਼ਾਹੀ ਹੁੰਦੀ ਆ, ਜਿੱਥੇ ਅਪੀਲ ਵਕੀਲ ਦਲੀਲ ਤੇ ਜ਼ੁਬਾਨ ਲਈ ਕੋਈ ਵੀ ਕਾਨੂੰਨ ਕੋਈ ਵੀ ਨਿਯਮ ਨਹੀਂ ਹੁੰਦਾ। ਜਿਹੜੇ ਲੋਕ ਇਸ ਮੁਗਾਲਤੇ 'ਚ ਨੇ ਉਹਨਾਂ ਨੇ ਅਸਲ ਦੇ ਵਿੱਚ ਨਾ ਤੇ ਲੋਕਤੰਤਰ ਦੀ ਸਮਝ ਹੈ, ਬਿਲਕੁਲ ਨਾ ਹੀ ਉਹਨਾਂ ਨੂੰ ਡਿਕਟੇਟਰਸ਼ਿਪ ਦਾ ਪਤਾ ਹੈ। ਤੁਸੀਂ ਇੱਕ ਗੱਲ ਨੂੰ ਹਰਪ੍ਰੀਤ ਜੀ ਜਰਾ ਉਲਟਾ ਕੇ ਦੇਖੀਏ ਜੀ, ਇਹਨਾਂ ਲੋਕਾਂ ਨੂੰ ਇਹਨਾਂ ਲੀਡਰਾਂ ਨੂੰ ਅਸੀਂ 5 ਸਾਲ ਲਈ ਚੁਣਦੇ ਹਾਂ ਜੀ, ਇਹਨਾਂ ਨੂੰ ਪਤਾ ਆ ਕਿ ਇਹ ਸਿਰਫ 5 ਸਾਲ ਦੇ ਸ਼ਾਸਕ ਨੇ, ਉਸ ਤੋਂ ਬਾਅਦ ਇਹਨਾਂ ਨੂੰ ਫਿਰ ਤੋਂ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਣਾ ਪੈਣਾ ਆ। ਬਿਲਕੁਲ
ਇੰਨਾ ਡਰ ਹੋਣ ਦੇ ਬਾਵਜੂਦ ਸਿਰਫ ਔਰ ਸਿਰਫ 5 ਸਾਲ ਦੇ ਲਈ ਚੁਣੇ ਹੋਣ ਦੇ ਬਾਵਜੂਦ ਇਹ ਘੱਟ ਨਹੀਂ ਗੁਜ਼ਾਰਦੇ। ਕਿਹੜਾ ਹੱਥ ਕੰਡਾ ਆ ਜਿਹੜਾ ਇਹ ਨਹੀਂ ਵਰਤਦੇ ਲੋਕਾਂ ਨੂੰ ਲੁੱਟਣ ਦਾ, ਕੁੱਟਣ ਦਾ, ਕਮਾਉਣ ਦਾ, ਬਿਲਕੁਲ, ਤੇ ਕਾਨੂੰਨਾਂ ਦੇ ਵਿੱਚ ਹੇਰਾਫੇਰੀ ਕਰਨ ਦਾ, ਚਾਹੇ ਉਹ ਬਿਜ਼ਨਸ ਬਣਾਉਣੇ ਹੋਣ ਤੇ ਚਾਹੇ ਉਹ ਵੋਟਾਂ ਬਣਾਉਣੀਆਂ ਹੋਣ ਤੇ ਚਾਹੇ ਉਹ ਅਗਲੀ ਵਾਰ ਦੀ ਰਾਜਨੀਤੀ ਲਈ ਖੜੇ ਹੋਣਾ ਹੋਵੇ। ਨਵੀਆਂ ਬਣੀਆਂ ਹੋਈਆਂ ਪਾਰਟੀਆਂ, ਜਿਹੜੀ ਤੁਹਾਡੀ ਆਮ ਆਦਮੀ ਪਾਰਟੀ ਆ, ਇਹਨਾਂ ਨੇ ਸੰਵਿਧਾਨ ਦੇ ਵਿੱਚ ਸੋਧ ਕਰਕੇ ਆਪਣੇ ਪ੍ਰਧਾਨ ਨੂੰ ਤੀਸਰੀ ਵਾਰ ਲਈ ਕਨਵੀਨਰ ਦੁਬਾਰਾ ਲਾ ਦਿੱਤਾ ਤੇ ਜਿਹੜੀ ਬੀਬੀ ਲੋਕਤੰਤਰ ਦੀ ਥਾਂ ਤੇ ਡਿਕਟੇਟਰਸ਼ਿਪ ਨੂੰ ਵਧੀਆ ਮੰਨ ਰਹੀ ਆ, ਉਹ ਸੋਚੇ ਫਿਰ ਇਹ 5 ਸਾਲ ਵਾਲੇ ਸਾਡੇ ਨਾਲ ਇਹ ਕਹਿਰ ਗੁਜ਼ਾਰਦੇ ਨੇ ਤੇ ਜੇ ਸਾਰੀ ਜ਼ਿੰਦਗੀ ਵਾਲਾ ਕੋਈ ਰਾਜਾ ਬੈਠਾ ਹੋਵੇ ਤੇ ਉਹ ਤੁਹਾਨੂੰ ਬੋਲਣ ਦਊ ਜੀ। ਸੋ ਇਹ ਜਿਹੜੀਆਂ ਗੱਲਾਂ ਨੇ ਧਿਆਨ ਮੰਗਦੀਆਂ ਨੇ। ਬਹੁਤ ਹੀ ਘਟੀਆ ਦਰਜੇ ਦੀ ਬਿਆਨਬਾਜ਼ੀ ਬੀਬੀ ਨੇ ਕੀਤੀ ਆ, ਬਹੁਤ ਹੀ ਮੰਦਭਾਗੀ ਗੱਲ ਆ। ਪਰ ਗੱਲ ਇਹ ਆ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜੀ ਆ ਉਹ ਜਿੰਨੀ ਘੱਟ ਤਵੱਜੋ ਦਿੱਤੀ ਜਾਵੇ ਓਨੀ ਚੰਗੀ ਗੱਲ ਆ।